ਜਲੰਧਰ ਪੁਲਿਸ ਨੂੰ ਕਿਸੇ ਖਾਸ ਵਿਅਕਤੀ ਨੇ ਇਤਲਾਹ ਦਿੱਤੀ ਕਿ ਇੱਕ ਔਰਤ ਜੋ ਦਿੱਲੀ ਤੋਂ ਪੰਜਾਬ 'ਚ ਬੱਸ ਰਾਹੀਂ ਪਹੁੰਚੀ ਜੋ ਹੈਰੋਇਨ ਦਾ ਨਜਾਇਜ਼ ਧੰਦਾ ਕਰਦੀ ਹੈ ਨੂੰ ਐੱਸ ਐੱਚ ਓ ਰਮਨਦੀਪ ਸਿੰਘ ਥਾਣਾ ਮਕਸੂਦਾ ਨੇ ਪੁਲਿਸ ਪਾਰਟੀ ਸਮੇਤ ਲੇਡੀ ਪੁਲਿਸ ਪਾਰਟੀ ਨਾਲ ਮਿਲ ਕੇ ਨਾਕਾਬੰਦੀ ਕਰਕੇ ਉਸ ਔਰਤ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਜਿਸ ਦੇ ਖਿਲਾਫ ਵੱਖ ਵੱਖ ਧਾਰਾਵਾਂ ਦੇ ਤਹਿਤ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਜੀ ਸਰ, ਕਿਸੇ ਦੇਸ਼ ਸਿਵਰ ਦੇ ਵੱਲੋਂ ਸਾਨੂੰ ਇਤਲਾਹ ਮਿਲੀ ਸੀ ਕਿ ਇੱਕ ਲੇਡੀ ਜਿਹੜੀ ਹੈ ਬੱਸ ਰਾਹੀਂ ਹੈਰੋਇਨ ਦਾ ਧੰਦਾ ਕਰਦੀ ਹੈ, ਦਿੱਲੀ ਤੋਂ ਹੈਰੋਇਨ ਲੈ ਕੇ ਪੰਜਾਬ ਦੇ ਵਿੱਚ ਸਪਲਾਈ ਕਰਦੀ ਹੈ ਅਤੇ ਜਿਸ ਦੇ ਉੱਤੇ ਐੱਸ ਐੱਚ ਓ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਮਕਸੂਦਾ ਦੀ ਯੋਗ ਅਗਵਾਈ ਦੇ ਵਿੱਚ ਨਾਕਾਬੰਦੀ ਜਿਹੜੀ ਹੈ ਉਹ ਲਵਾਈ ਸੀ ਅਸੀਂ ਵਿਧੀ ਕੋਲ ਨਾਲ ਲੇਡੀ ਫੋਰਸ ਨਾਕੇ ਦੇ ਤਨਾਸੀ ਕਿ ਬੱਸ ਦੇ ਰਾਹੀਂ ਇੱਕ ਲੇਡੀ ਜਿਸ ਦੀ ਉਮਰ 30-32 ਸਾਲ ਹੈ ਉਹ ਉਤਰੀ ਜਿਹਨੂੰ ਉਹਦਾ ਨਾਮ ਪਤਾ ਪੁੱਛਿਆ ਜਿਹਨੇ ਆਪਣਾ ਨਾਮ ਵਿਦਿਆ ਬਹਾਦੁਰਾ ਦੱਸਿਆ ਆਪਣੇ ਘਰ ਵਾਲੇ ਦਾ ਨਾਮ ਰਾਜ ਬਹਾਦੁਰਾ ਦੱਸਿਆ ਜਿਹੜੀ ਕਿ ਵੈਸਟ ਬੰਗਾਲ ਕੈਲਕਟਾ ਦੀ ਰਹਿਣ ਵਾਲੀ ਹੈ ਉਸਦੀ ਨਿਯਮਾਂ ਦੇ ਅਨੁਸਾਰ ਉਹਨੂੰ ਰਾਊਂਡ ਅਪ ਕਰਕੇ ਜੋ NDPS ਐਕਟ ਦੀਆਂ ਪਾਬੰਦੀਆਂ ਨੇ ਉਹਦਾ ਖਿਆਲ ਰੱਖਦਿਆਂ ਹੋਇਆ ਇਸਦੀ ਜਦੋਂ ਸਰਚ ਕੀਤੀ ਤਾਂ ਇਸਦੀ ਸਰਚ ਦੇ ਦੌਰਾਨ 500 ਗ੍ਰਾਮ ਹੈਰੋਇਨ ਜਿਹੜੀ ਬਰਾਮਦ ਹੋਈ ਜਿਹੜੀ ਕਿ ਇਹ ਕਿਸੇ ਨਿਗਰੋ ਦੇ ਪਾਸੋਂ ਦਿੱਲੀ ਤੋਂ ਲੈ ਕੇ ਪੰਜਾਬ ਦੇ ਸਪਲਾਈ ਦੇ ਆਈ ਸੀ। ਇਸ ਤੋਂ ਇਲਾਵਾ ਇਹਦਾ ਦਿੱਲੀ ਤੋਂ ਪੰਜਾਬ ਦੇ ਲਈ ਕਾਫੀ ਵਾਰ ਪਹਿਲੇ ਵੀ ਇਹਦਾ ਗੇੜਾ ਵੱਜਿਆ ਕਿ ਇਹ ਸਪਲਾਈ ਦਿੰਦੀ ਸੀ ਇਹਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਉਸਦੇ ਖਿਲਾਫ NDPS ਐਕਟ ਦੇ ਤਹਿਤ ਪਰਚਾ ਰਜਿਸਟਰ ਕਰਕੇ ਇਸਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਿਸਦਾ 3 ਦਿਨ ਦਾ ਰਿਮਾਂਡ ਜਿਹੜਾ ਮਿਲਿਆ ਉਹ ਸੋਮਵਾਰ ਦਿਨ ਨੂੰ ਦੁਬਾਰਾ ਅਸੀਂ ਕੋਰਟ ਦੇ ਵਿੱਚ ਪੇਸ਼ ਕਰਨਾ ਆ। ਇਹਦੇ ਤੋਂ ਅਸੀਂ ਪੁੱਛਗਿੱਛ ਹੋਰ ਜ਼ਿਆਦਾ ਡੂੰਘਾਈ ਨਾਲ ਪੁੱਛਗਿੱਛ ਕਰਦੇ ਹਾਂ ਕਿ ਜੇ ਕੋਈ ਸਾਨੂੰ ਹੋਰ ਇਹਦਾ ਲਿੰਕ ਹੈਗਾ ਨਜ਼ਰ ਆਵੇ ਤਾਂ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕੇ। ਸਰ, ਇਹ ਕਿਹੜੀ ਬੱਸ ਦੇ ਵਿੱਚ ਆ ਰਹੀ ਸੀ, ਕਿਹੜੀ ਬੱਸ 'ਚੋਂ ਇਹਨੂੰ ਉਤਾਰਿਆ ਗਿਆ? ਬੱਸ ਜਿਹੜੀ ਸੀ ਦਿੱਲੀ ਤੋਂ ਅੰਮ੍ਰਿਤਸਰ ਨੂੰ ਜਾਣ ਵਾਲੀ ਕੋਈ ਪ੍ਰਾਈਵੇਟ ਬੱਸ ਸੀ ਉਹਦੇ ਵਿੱਚ ਇਹਨੇ ਇੱਥੇ ਕਿਸੇ ਨੂੰ ਇਹਨੇ ਕਮਿਟ ਕੀਤਾ।